ਇਹ ਬੋਤਲ ਬੈਲੇਰੀਨਾ ਬਣਾਉਣ ਦੇ ਲਈ ਤੁਹਾਨੂੰ ਇੱਕ ਪੁਰਾਣੀ ਪਲਾਸਟਿਕ ਦੀ ਪਾਣੀ ਵਾਲੀ ਬੋਤਲ, ਕਟਰ, ਲੱਕੜ ਦੀਆਂ ਡੰਡੀਆਂ, ਸਟਰਾ, ਗੂੰਦ ਅਤੇ ਕੁਝ ਹੋਰ ਸਮਾਨ ਚਾਹੀਦਾ ਹੈ। ਸਭ ਤੋਂ ਪਹਿਲਾਂ ਬੋਤਲ ਨੂੰ ਕਟਰ ਨਾਲ ਦੋ ਬਰਾਬਰ ਦੇ ਹਿੱਸਿਆਂ ਵਿੱਚ ਕੱਟ ਦਿਓ। ਥੱਲੇ ਵਿੱਚੋਂ ਸਮਾਨ ਅੰਤਰ ਪੱਟੀਆਂ ਕੱਟ ਦਿਓ। ਇਸੇ ਤਰ੍ਹਾਂ 16 ਪੱਤੀਆਂ ਕੱਟੋ ਜੋ ਕਿ ਪੱਖੇ ਦੇ ਪਰ ਬਣਾਉਣ ਲਈ ਅੰਦਰ ਨੂੰ ਮੋੜੀਆਂ ਜਾ ਸਕਣ। ਇੱਕ ਗਰਮ ਸੂਈ ਨਾਲ ਬੋਤਲ ਦੇ ਥੱਲੇ ਵਿੱਚ ਗਲੀ ਕਰ ਲਓ। ਇਸ ਗਲੀ ਵਿੱਚ ਇੱਕ ਡੰਡੀ ਫਸਾ ਦਿਓ, ਥੋੜ੍ਹੀ ਗੂੰਦ ਵੀ ਲਗਾ ਦਿਓ। ਹੁਣ ਇਹਨਾਂ ਪੱਤੀਆਂ ਨੂੰ ਬਾਹਰਲੇ ਪਾਸੇ ਮੋੜ ਦਿਓ ਅਤੇ ਇਹਨਾਂ ਨੂੰ ਪੱਖੇ ਦੇ ਪਰਾਂ ਦੀ ਸ਼ਕਲ ਵਿੱਚ ਮੋੜ ਦਿਓ। ਇਸੇ ਤਰ੍ਹਾਂ ਬੋਤਲ ਦੇ ਸਿਰ ਵਾਲੇ ਪਾਸੇ ਤੋਂ ਸਿੱਧੀਆਂ ਪੱਤੀਆਂ ਕੱਟ ਲਵੋ। ਢੱਕਣ ਵਿੱਚ ਗਲੀ ਕਰਕੇ ਉਸ ਵਿੱਚ ਇੱਕ ਸਟਰਾ ਫਿੱਟ ਕਰ ਦਿਓ। ਹੁਣ ਦੋਨੋਂ ਹਿੱਸਿਆਂ ਨੂੰ ਜੋੜ ਦਿਓ। ਬੋਤਲ ਦੇ ਢੱਕਣ ਵਾਲੇ ਹਿੱਸੇ ਨੂੰ ਮੇਜ਼ 'ਤੇ ਖੜਾ ਕਰ ਲਓ। ਦੂਸਰੇ ਪੱਖੇ ਦੇ ਪਰਾਂ ਵਾਲੇ ਹਿੱਸੇ ਨੂੰ ਉੱਪਰ ਰੱਖ ਦਿਓ। ਇਸ ਲਈ ਤੁਹਾਨੂੰ ਡੰਡੀ ਨੂੰ ਸਟਰਾ ਵਿੱਚ ਪਾਉਣਾ ਪਏਗਾ। ਇਸ ਤਰ੍ਹਾਂ ਸਭ ਇਕੱਠਾ ਹੋ ਜਾਵੇਗਾ। ਉੱਪਰ ਵਾਲਾ ਹਿੱਸਾ ਪਰਾਂ ਵਾਲਾ ਰੋਟਰ ਹੋਵੇਗਾ ਅਤੇ ਦੂਜੇ ਪਾਸੇ ਇਸਨੂੰ ਪੱਖੇ ਦੇ ਥੱਲੇ ਰੱਖੋਗੇ ਤਾਂ ਇਹ ਘੁੰਮਣਾ ਸ਼ੁਰੂ ਕਰ ਦੇਵੇਗਾ। ਤੁਸੀਂ ਦੇਖੋਗੇ ਕਿ ਥੱਲੇ ਵਾਲਾ ਹਿੱਸਾ ਵੀ ਹਿੱਲੇਗਾ ਅਤੇ ਨੱਚੇਗਾ। ਮਾਡਲ ਨੂੰ ਰੰਗਦਾਰ ਟੇਪ ਨਾਲ ਸਜਾ ਦਿਓ। ਪੱਖੇ ਥੱਲੇ ਰੱਖਣ ਨਾਲ ਉੱਪਰ ਵਾਲਾ ਰੋਟਰ ਬਹੁਤ ਤੇਜ਼ ਘੁੰਮੇਗਾ। ਅਮਰੀਕਾ ਵਿੱਚ ਹਰ ਸਾਲ 500,000 ਬੋਤਲਾਂ ਹਰ ਹਫ਼ਤੇ ਸੁੱਟ ਦਿੱਤੀਆਂ ਜਾਂਦੀਆਂ ਹਨ, ਸੋ ਇਸ ਮਾਡਲ ਨਾਲ ਉਹਨਾਂ ਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ। ਮੇਜ਼ ਉੱਪਰ ਰੱਖਣ ਨਾਲ ਰੋਟਰ ਬਹੁਤ ਤੇਜ਼ ਘੁੰਮੇਗਾ ਅਤੇ ਥੱਲੇ ਵਾਲਾ ਹਿੱਸਾ ਵੀ ਨੱਚਣਾ ਸ਼ੁਰੂ ਕਰ ਦੇਵੇਗਾ। ਤੁਸੀਂ ਬੈਲਰੀਨਾ ਨੂੰ ਵਿਚਕਾਰ ਵਾਲੀ ਡੰਡੀ ਉੱਪਰ ਵੀ ਰੱਖ ਸਕਦੇ ਹੋ। ਫਿਰ ਇਹ ਖਿਡੌਣਾ ਘੁੰਮਦੀ ਹੋਈ ਬੋਤਲ ਵਾਲੀ ਬੈਲਰੀਨਾ ਬਣਾ ਦੇਵੇਗਾ। ਇਹ ਬਹੁਤ ਹੀ ਮਜ਼ੇਦਾਰ ਹੈ।